ਕੌਣ ਚਖੇਗਾ ਜਿੱਤ ਦੇ ਲੱਡੂ ਦਾ ਸਵਾਦ ਇਸ ਸਵਾਲ ਦਾ ਜਵਾਬ ਤਾਂ ਕੱਲ ਮਿਲ ਜਾਵੇਗਾ ਪਰ ਲੁਧਿਆਣਾ ਦੇ ਇੱਕ ਹਲਵਾਈ ਵੱਲੋਂ 5 ਕਿਲੋ ਦਾ ਜਿੱਤ ਦਾ ਲੱਡੂ ਤਿਆਰ ਕੀਤਾ ਗਿਆ ਸਿਆਸੀ ਪਾਰਟੀਆਂ ਵੱਲੋਂ ਉਹਨਾਂ ਨੂੰ ਲਗਾਤਾਰ ਆਰਡਰ ਮਿਲ ਰਹੇ ਨੇ ਜਿਨ੍ਹਾਂ ਦੇ ਲਈ ਇਹ ਤਿਆਰੀ ਕੀਤੀ ਜਾ ਰਹੀ ਹੈ ਸੋ ਜਿੱਤ ਦਾ ਲੱਡੂ ਜਿਹੜਾ ਹੈ ਉਹ ਤਿਆਰ ਕਰਤਾ ਗਿਆ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਹਾਲਾਂਕਿ ਕੌਣ ਇਸ ਜਿੱਤ ਦੇ ਲੱਡੂ ਦਾ ਸਵਾਦ ਚਖੇਗਾ ਇਹ ਕੱਲ ਤਸਵੀਰ ਸਾਫ਼ ਹੋਏਗੀ ਜਦੋਂ ਕਿ EVM ਮਸ਼ੀਨਾਂ ਖੁੱਲਣਗੀਆਂ ਪਟਾਰਾ ਖੁੱਲੇਗਾ ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਏਗੀ ਬਹਿਰਾਲ ਲੁਧਿਆਣਾ ਦੇ ਹਲਵਾਈ ਵੱਲੋਂ ਇਹ 5 ਕਿਲੋ ਦਾ ਜਿੱਦ ਦਾ ਲੱਡੂ ਤਿਆਰ ਕੀਤਾ ਗਿਆ।